ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰਦਾਰ ਸੰਤੋਖ ਸਿੰਘ। ਬਾਬਾ ਜੀ ਦਾ ਮਿਸ਼ਨ ਸੀ ਕਿ ਪੂਰੀ ਦੁਨੀਆ ਪੂਰੀ ਕਾਇਨਾਤ ਨੂੰ ਸਿੱਧੇ ਰਸਤੇ 'ਤੇ ਲਿਆਉਣਾ। ਬਾਬਾ ਜੀ ਇਸ ਧਰਤੀ 'ਤੇ ਆਏ, ਇਸ ਧਰਤੀ 'ਤੇ ਬਲੀ ਕੰਧਾਰੀ ਸੀ ਜਿਹਦੇ ਕੋਲ ਕੁਛ ਕਰਾਮਾਤ ਸਨ, ਕਰਾਮਾਤਾਂ ਕਰਕੇ ਉਹਦੇ ਕੋਲ ਕੁਛ ਹੰਕਾਰ ਸੀ ਅਤੇ ਬਾਬਾ ਜੀ ਨੇ ਉਸ ਨਾਲ ਹੰਕਾਰ ਤੋੜਿਆ। ਆਪਣਾ ਭਾਈ ਮਰਦਾਨੇ ਨੂੰ ਭੇਜ ਕੇ ਪਾਣੀ ਮੰਗਣ ਵਾਸਤੇ ਉਹਨਾਂ ਨੇ ਪਾਣੀ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ 3 ਮਰਤਬਾ ਭੇਜਦਿਆਂ ਉਹਨਾਂ ਨੇ ਪਾਣੀ ਤੋਂ ਇਨਕਾਰ ਕੀਤਾ। ਫਿਰ ਜਾ ਕੇ ਬਾਬਾ ਜੀ ਨੇ ਚੜੀ ਮਾਰੀ ਅਤੇ ਥੱਲੋਂ ਪਾਣੀ ਨਿਕਲ ਆਇਆ ਅਤੇ ਭਾਈ ਮਰਦਾਨੇ ਨੇ ਪਾਣੀ ਉੱਥੋਂ ਛੱਕ ਲਿਆ। ਉਸ ਤੋਂ ਬਾਅਦ ਕੰਧਾਰੀ ਸਾਹਿਬ ਨੂੰ ਗੁੱਸਾ ਆਇਆ, ਕ੍ਰੋਧ ਆਇਆ। ਉਹਨਾਂ ਨੇ ਇੱਕ ਬਹੁਤ ਵੱਡੀ ਚਟਾਨ ਸੱਟੀ ਬਾਬਾ ਜੀ ਦੇ ਉੱਤੇ ਤਾਂ ਕਿ ਬਾਬਾ ਜੀ ਇਸ ਚਟਾਨ ਦੇ ਥੱਲੇ ਰੁੜ ਜਾਏ। ਬਾਬਾ ਜੀ ਨੇ ਉਸ ਚਟਾਨ ਦੇ ਸਾਹਮਣੇ ਹੱਥ ਪਕੜਿਆ ਔਰ ਹੱਥ ਉਹ ਪੱਥਰ ਜਿਹੜਾ ਸੀ, ਚਟਾਨ ਜਿਹੜਾ ਸੀ, ਉਹ ਮੂੰਹ ਵਰਗਾ ਨਰਮ ਹੋ ਕੇ ਉਹਦੇ ਵਿੱਚ ਹੱਥ ਦਾ ਪੰਜਾ ਲੱਗ ਗਿਆ ਅਤੇ ਉੱਥੋਂ ਤੋਂ ਗੁਰਦੁਆਰਾ ਪੰਜਾ ਸਾਹਿਬ ਇੱਥੇ ਸਥਾਪਿਤ ਹੋਇਆ ਅਤੇ ਉਹ ਪਾਣੀ ਅੱਜ ਵੀ ਵਗ ਰਿਹਾ। ਇਹ ਪਾਣੀ ਸਾਡੇ ਵਾਸਤੇ ਜਿਸ ਤਰ੍ਹਾਂ ਇਸਲਾਮ ਧਰਮ ਦੇ ਵਿੱਚ ਮੱਕਾ ਮਦੀਨਾ ਤੋਂ ਲਿਆਂਦਾ ਪਾਣੀ ਹਬੇ ਜ਼ਮਜ਼ਮ ਹੋ ਜਾਂਦਾ ਹੈ, ਅਤੇ ਸਾਡੇ ਵਾਸਤੇ ਪੰਜਾ ਸਾਹਿਬ ਦਾ ਪਾਣੀ ਜਿਹੜਾ ਹੈ ਇਹ ਹਬੇ ਜ਼ਮਜ਼ਮ ਹੈ, ਜਿਸ ਉਨੀ ਕਦਰ ਉਹਨਾਂ ਮਹਾਨਤਾ ਇਸ ਪਾਣੀ ਦਾ ਹੈ। ਪੂਰੀ ਦੁਨੀਆ ਦੇ ਵਿੱਚ, ਪੂਰੀ ਕਾਇਨਾਤ ਦੇ ਵਿੱਚ ਪੰਜਾ ਸਾਹਿਬ ਦੇ ਵਿੱਚ ਬੋਤਲਾਂ ਭਰ ਭਰ ਕੇ ਪਾਣੀ ਜਾਂਦਾ। ਇਹਨੂੰ ਅਸੀਂ ਅੰਮ੍ਰਿਤ ਜਲ ਕਹਿੰਦੇ ਹਾਂ। ਅੰਮ੍ਰਿਤ ਜਲ ਬੋਤਲਾਂ ਵਿੱਚ ਲੋਕ ਕੈਨੇਡਾ, ਅਮਰੀਕਾ, ਯੂਰਪ ਦੇ ਵਿੱਚ ਚਲਿਆ ਜਾਂਦਾ ਹੈ ਅਤੇ ਹਿੰਦੁਸਤਾਨ ਵਿੱਚ ਚਲਿਆ ਜਾਂਦਾ ਹੈ। ਇਹ ਸਭ ਤੋਂ ਵੱਡੀ ਦਰਗਾਹ ਹੈ ਬਾਬਾ ਗੁਰੂ ਨਾਨਕ ਸਾਹਿਬ ਦੀ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਅਤੇ ਇਹ ਪਾਣੀ ਕਰਕੇ ਪੰਜਾ ਸਾਹਿਬ ਕਰਕੇ ਇਹਨੂੰ ਗੁਰਦੁਆਰਾ ਪੰਜਾ ਸਾਹਿਬ ਦਾ ਨਾਂ ਦਿੱਤਾ ਗਿਆ ਹੈ। ਕੱਲ ਤਾਰਨ ਗੁਰ ਨਾਨਕ ਆਇਆ, ਕੱਲ ਤਾਰਨ ਗੁਰ ਨਾਨਕ ਆਇਆ, ਸਤਿਗੁਰ ਨਾਨਕ ਪ੍ਰਗਟਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲ ਜੋ ਮਨਾ ਰਹੇ ਹਾਂ, ਸਾਡੀ ਬਹੁਤ ਹੀ ਗੌਰਮੈਂਟ ਹੈਲਪ ਕਰ ਰਹੀ ਹੈ। ਅਸੀਂ ਵਜ਼ੀਰ ਆਲਾ, ਵਜ਼ੀਰ ਆਜ਼ਮ ਜੋ ਚੀਫ ਹੈ ਹਮਾਰੇ ਬਾਜਵਾ ਸਾਹਿਬ, ਉਨਕੇ ਬਹੁਤ ਹੀ ਅਸੀਂ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਬਹੁਤ ਹੀ ਹਮਾਰੇ ਲਈ ਇੰਤਜ਼ਾਮ ਕੀਆ ਹੈ ਨਨਕਾਣਾ ਸਾਹਿਬ ਕਾ। ਉਹਨਾਂ ਨੇ ਖੁੱਲ੍ਹਾ ਕਹਿ ਦਿਆ ਹੈ ਜਿਤਨੀ ਵੀ ਸੰਗਤ ਬਾਹਰ ਮੁਲਕ ਜੀ ਆ ਸਕਦੀ ਹੈ, ਅਸੀਂ ਉਹਨਾਂ ਨੂੰ ਨਹੀਂ ਰੋਕਾਂਗੇ, ਸਾਰੇ ਆਵਣ, 550 ਸਾਲ ਮਿਲਾਵਣ। ਉਹਨਾਂ ਦੇ ਕਮਰਾ, ਉਹਨਾਂ ਦੇ ਲੰਗਰ ਵਾਸਤੇ, ਉਹਨਾਂ ਦੀ ਗਾੜੀਆਂ ਵਾਸਤੇ, ਉਹਨਾਂ ਦੇ ਵੀਜ਼ਾ ਵਾਸਤੇ ਸਾਰਾ ਕੁਝ ਹਮਾਰੇ ਗਵਰਨਮੈਂਟ ਨੇ ਕੀਆ ਹੈ। ਮਹਿਕਮਾ ਔਕਾਫ ਸਾਰੇ ਮਿਲ ਕੇ, ਕਮੇਟੀ ਹਮਾਰੀ ਜਿਤਨੀ ਵੀ ਪਰਬਤ ਕਮੇਟੀ ਹੈ ਪਾਕਿਸਤਾਨ ਕੀ, ਇਹਨਾਂ ਨੇ ਸਾਰੇ ਮਿਲ ਕੇ ਬਹੁਤ ਬੜਾ ਇਹ ਇੱਕ ਆਪਣਾ ਪ੍ਰਕਾਸ਼ ਪੁਰਬ ਹੋ ਰਿਹਾ ਹੈ। ਤੋ ਅਸੀਂ ਬਹੁਤ ਹੀ ਪਾਕਿਸਤਾਨ ਵਿੱਚ ਖੁਸ਼ ਹਾਂ, ਇਸ ਵਾਰ ਖੁਸ਼ ਹਾਂ। ਪਹਿਲਾਂ ਤੋਂ ਹਮਾਰੇ ਇਮਰਾਨ ਖਾਨ ਸਾਹਿਬ ਨੇ ਉਹ ਜੋ ਆਪਣਾ ਕਰਤਾਰਪੁਰ ਸਾਹਿਬ ਜੀ ਕਾ ਉਹ ਜੋ ਰਸਤਾ ਖੋਲ੍ਹਾ ਹੈ, ਇਸ ਮੇ ਵੀ ਬਹੁਤ ਸਿੱਖ ਮਤ ਜਿਤਨੀ ਵੀ ਹੈ ਇਸ ਮੇ ਮੁਤਮੈਨ ਹੈ। ਆਇੰਦੇ ਹੋਏ 550 ਸਾਲ ਮੇ ਵੇਖੋਗੇ ਕਿਤਨੀ ਖੁਸ਼ੀ ਹੋਗੀ, ਕਿਤਨੀ ਹਮਾਰੀ ਗਵਰਨਮੈਂਟ ਕੰਮ ਕਰੇਗੀ। ਇਤਨਾ ਸਹੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।